ਪੈ ਕਹੂ ਕੋ ਦੇਤ ਨਹੀਂ ਨਾ ਪੈ ਅਨਤਮਾਨ ਸਾਡੇ ਗੁਰੂਆਂ ਦੀ ਇਸ ਕਹੀ ਹੋਈ ਗੱਲ ਤੇ ਪੂਰਨਾ ਪਾਉਂਦੇ ਹੋਏ ਲਗਾਤਾਰ ਕੇਂਦਰ ਦੀ ਫਾਸੀਵਾਦੀ ਹਕੂਮਤ ਦੇ ਮੂਹਰੇ ਡਟੇ ਹੋਏ ਜੁਝਾਰੂ ਬਜ਼ੁਰਗੋ ਨੌਜਵਾਨੋ ਤੇ ਦੁਨੀਆ ਦੀ ਅਧਿਵਾਦੀ ਮੇਰੀਆਂ ਮਾਤਾ ਭੈਣਾਂ ਤੇ ਅਧਿਵਾਦੀ ਦੀ ਮਾਲਕ ਆਖੋ ਗੱਜ-ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਪੈਸ਼ਲੀ ਤੌਰ ਤੇ ਜਿਹੜਾ ਨੌਜਵਾਨਾਂ ਨੂੰ ਸਮਰਪਿਤ ਦਿਨ ਮਨਾਇਆ ਜਾ ਰਿਹਾ ਹੈ ਇਹ ਉਲੀਕਿਆ ਗਿਆ ਕਿਉਂਕਿ ਨੌਜਵਾਨਾਂ ਦੀ ਬਹੁਤ ਵੱਡੀ ਤਾਕਤ ਹੈ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਰਾਜਨੀਤਿਕ ਵਿਰੋਧੀ ਪਾਰਟੀਆਂ ਉਹ ਪ੍ਰਚਾਰ ਦਿਆਂ ਹੁੰਦੀਆਂ ਸੀ ਬਾਰ-ਬਾਰ ਕਿ ਇਹਨਾਂ ਦੇ ਵਿੱਚ ਤਾਂ 60 70 ਸਾਲ ਵਾਲੇ ਇਕੱਲੇ ਬੁਢੇ ਹੀ ਹੁੰਦੇ ਆ ਤੇ ਉਹਨਾਂ ਨੇ ਇਹਨਾਂ ਨੂੰ ਬਦਨਾਮ ਕਰਨ ਦੇ ਲਈ ਹੋਰ ਵੀ ਬਰੇ ਸੌੜੇ ਸ਼ਬਦ ਵਰਤੇ ਕਿ ਤਾਂ ਇਕੱਲੇ ਡੀਸੀਆਂ ਦੇ ਧਰਨੇ ਦਿੰਦੇ ਆ ਪਰ ਪੰਜਾਬ ਦੀ ਤੇ ਹਰਿਆਣੇ ਦੀ ਨੌਜਵਾਨੀ ਨੇ ਕੇਂਦਰ ਹਕੂਮਤ ਵੱਲੋਂ ਜਦੋਂ ਦਿੱਲੀ ਆਉਣ ਤੋਂ ਰੋਕਾਂ ਲਾਈਆਂ ਗਈਆਂ ਤੇ ਸੜਕਾਂ ਤੇ ਉਹਨਾਂ ਦੀਆਂ ਰੋਕਾਂ ਤਾਸ਼ ਦੇ ਪੱਤਿਆਂ ਵਾਂਗ ਖਿਲਰ ਗਈਆਂ ਤੇ ਜਿਹੜੇ ਟਰੈਕਟਰ ਸੀ ਟੈਂਕਾਂ ਵਾਂਗਰ ਦਿੱਲੀ ਵੱਲੋਂ ਵਧੇ ਤਾਂ ਉਹਨਾਂ ਰਾਜਨੀਤਿਕ ਪਾਰਟੀਆਂ ਨੂੰ ਨੌਜਵਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਅੱਜ ਦੇ ਇਸ ਮੋਰਚੇ ਦੇ ਵਿੱਚ ਘਟੋ ਘਟ ਜਿਹੜੀ 60% ਤੋਂ ਉੱਤੇ ਜਿਹੜੀ ਆਬਾਦੀ ਆ ਉਹ ਨੌਜਵਾਨਾਂ ਦੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੇ ਪੱਕੇ ਤੌਰ ਤੇ ਜ਼ਿਲ੍ਹਾ ਆਗੂ ਵੀ ਨੇ ਬਲਾਕ ਆਗੂ ਵੀ ਨੇ ਪਰ ਕਿਉਂਕਿ ਇਹ ਇੱਕ ਜਨ ਅੰਦੋਲਨ ਹੈ ਇਹਦੇ ਵਿੱਚ ਉਹਨਾਂ ਤੋਂ ਬਿਨਾਂ ਵੀ ਜਥੇਬੰਦੀਆਂ ਤੋਂ ਬਿਨਾਂ ਵੀ ਇੱਥੇ ਵੱਡੀ ਪੱਧਰ ਤੇ ਜਿਹੜੇ ਨੌਜਵਾਨ ਆ ਸਾਡੇ ਵਿੱਚ ਇੱਥੇ ਸ਼ਾਮਲ ਨੇ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਲਗਾਤਾਰ ਆਪਣੇ ਪੰਜਾਬ ਦੀ ਹੋਣ ਦੀ ਲੜਾਈ ਦੇ ਲਈ ਆਪਣੀਆਂ ਜ਼ਮੀਨਾਂ ਦੀ ਲੜਾਈ ਦੇ ਲਈ ਇਹ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਲੜਾਈ ਆ ਉਹ ਲੜ ਰਹੇ ਨੇ ਪੰਜਾਬ ਦੇ ਜਿਹੜੇ ਕਿੰਨੇ ਨੌਜਵਾਨ ਹੈ ਜਾਂ ਕਿੰਨੇ ਕਿਸਾਨ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੇ ਵਿੱਚੋਂ ਸਰਮੌਰ ਸ਼ਹੀਦ ਨਵਰੀਤ ਜਿਹਨੂੰ ਕੇਂਦਰ ਦੀ ਫਾਸੀਵਾਦੀ ਹਕੂਮਤ ਨੇ ਗੋਲੀ ਮਾਰ ਕੇ ਜਿਹੜਾ ਮਾਰਿਆਗਾ ਮਾਰਿਆ ਨਹੀਂ ਕਹੂੰਗਾ ਉਹਦੇ ਲਈ ਸ਼ਹੀਦ ਸ਼ਬਦ ਹੈ ਜਿਹੜਾ ਬਹੁਤ ਵੱਡਾ ਸ਼ਬਦ ਹੈ ਮਾਰਿਆ ਨਹੀਂ ਕਹਿਣਾ ਚਾਹੀਦਾ ਐ ਐਵੇਂ ਨਹੀਂ ਗੱਲ ਵਾਪਰੀ ਸਾਡੇ ਗੁਰੂਆਂ ਦਾ ਇਤਿਹਾਸ ਜਦੋਂ ਸਾਨੂੰ ਬਜ਼ੁਰਗ ਸੁਣਾਉਂਦੇ ਆ ਜਾਂ ਅਸੀਂ ਪੜ੍ਹਦੇ ਆ ਲੰਮੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਵੀ ਗੁਰੂਆਂ ਦੀਆਂ ਜਿਹੜੀਆਂ ਉਦਾਹਰਨਾਂ ਨੇ ਉਹ ਵੀ ਚੌਥੀ ਪੰਜਵੀਂ ਪੀੜੀ ਦੇ ਵਿੱਚ ਆ ਕੇ ਜਿਹੜੀ ਓਵੇਂ ਜ਼ਿਕਰ ਜਿਹੜੀ ਲੀਤ ਤੁਰੀ ਆਈ ਜਿਹੜੇ ਸ਼ਹੀਦਾਂ ਦਾ ਜਿਹੜਾ ਜਜ਼ਬਾ ਸੀ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਸਾਡੇ ਸਹਬਜ਼ਾਦਿਆਂ ਨੇ ਗੁਰੂਆਂ ਨੇ ਸਹੀਦੀ ਪਾਈ ਉਹਨਾਂ ਦੇ ਵਿੱਚ ਜਜਬਾ ਉਹ ਖੂਨ ਦੇ ਵਿੱਚ ਉਹੀ ਨਵਰੀਤ ਦਾ ਜਿਹੜਾ ਪੰਜਵੀਂ ਪੀੜੀ ਦਾ ਜਿਹੜਾ ਦਾਦਾ ਜੀ ਸੀ ਦਾਦਾ ਜੀ ਸੀ ਮਾਫ ਕਰਨਾ ਉਹਨਾਂ ਨੇ ਵੀ ਉਸ ਵੇਲੇ ਦੀ ਅੰਗਰੇਜ਼ ਹਕੂਮਤ ਨਾਲ ਲੜਦੇ ਹੋਏ ਸ਼ਹੀਦੀ ਪਾਈ ਤਾਂ ਉਹ ਜਿਹੜੀ ਚਲਦੀ ਚਲਦੀ ਪੰਜਵੀਂ ਪੀੜੀ ਤੱਕ ਜਿਹੜੀ ਉਹ ਚਿੰਗਾ ਜਿਹੜੀ ਆਈ ਆ ਤਾਂ ਸਾਨੂੰ ਪਤਾ ਲੱਗਿਆ ਵੀ ਜਿਹੜਾ ਟਰੈਕਟਰ ਹੈ ਉਹ ਨੌਜਵਾਨ ਨੇ ਆਪ ਸੰਭਾਲਿਆ ਅੱਗੇ ਹੋ ਕੇ ਗਿਆ ਉਹ ਸਰਕਾਰ ਕਹਿੰਦੀ ਆ ਵੀ ਟਰੈਕਟਰ ਪਲਟ ਗਿਆ ਪਲਟਿਆ ਨਹੀਂ ਸੀ ਉਹਦੇ ਗੋਲੀ ਲੱਗੀ ਸੀ ਪਹਿਲਾਂ ਫੇਰ ਟਰੈਕਟਰ ਪਲਟਿਆ ਸੋ ਜਿਹੜੀ ਸਰਕਾਰ ਹੈ ਸਾਨੂੰ ਬਹੁਤ ਤਰ੍ਹਾਂ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਆ ਕਦੇ ਤਾਂ ਉਹ ਲੜਾਈ ਬਣਾ ਦਿੰਦੀ ਆ ਸਿੱਖਾਂ ਕਾਮਰੇਡਾਂ ਦੀ ਕਦੇ ਇਹਨਾਂ ਨੂੰ ਵੱਖਵਾਦੀਆਂ ਦੇ ਵਿੱਚ ਵੰਡ ਦਿੰਦੀ ਆ ਤੇ ਪੈਰ ਪੈਰ ਤੇ ਸੰਯੁਕਤ ਮੋਰਚੇ ਨੇ ਤੇ ਕਿਸਾਨ ਜਥੇਬੰਦੀਆਂ ਦੇ ਸੂਝਬਾਨ ਆਗੂਆਂ ਨੇ ਕੇਂਦਰ ਦੀ ਫਾਸੀਵਾਦੀ ਹਕੂਮਤ ਦੇ ਹਰੇਕ ਚਾਲ ਨੂੰ ਫੇਲ ਕੀਤਾ ਹੈ ਹੁਣ ਵੀ ਉਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹ ਇਹਨਾਂ ਦੇ ਵਿੱਚ ਫਰਕ ਕਰ ਰਹੀਆਂ ਨੇ ਕਿ ਨੌਜਵਾਨ ਤਾਂ ਨਿਰਾਸ਼ ਨੇ ਨਾਰਾਜ਼ ਨੇ ਤੇ ਇੱਕ ਪਾਸੇ ਬਜ਼ੁਰਗ ਨੇ ਕਿਸਾਨ ਜੱਥੇਬੰਦੀਆਂ ਦੇ ਵਿੱਚ ਭਰਾਵੋ ਇਹ ਜੀ ਕੋਈ ਗੱਲ ਨਹੀਂ ਮੈਂ ਨੌਜਵਾਨ ਹੋਣ ਦੇ ਨਾਤੇ ਨੌਜਵਾਨਾਂ ਦੇ ਵਿੱਚ ਰਹਿਣਾ ਉਹ ਬਿਲਕੁਲ ਇੱਥੇ ਸਹਿਮਤ ਨੇ ਤੇ ਉਹਨਾਂ ਦਾ ਪੱਕਾ ਇਹ ਪਿੰਡਾਂ ਦੇ ਵਿੱਚ ਆ ਪਿਛਲੇ ਦਿਨੀ ਪਿੰਡਾਂ ਦੇ ਵਿੱਚ ਜਾ ਕੇ ਆਏ ਅਸੀਂ ਕਾ ਨੌਜਵਾਨ ਕਹਿੰਦੇ ਅਸੀਂ ਵੱਧ ਚੜ ਕੇ ਆਵਾਂਗੇ ਅਸੀਂ ਕੰਮ ਵੀ ਸਾਰੇ ਡੜ ਕੇ ਛਾਵਾਂਗੇ ਜਿਵੇਂ ਆ ਪਿਛਲੇ ਦਿਨੀ ਜਦੋਂ ਰੇਲਵੇ ਲੈਣਾ ਤੇ ਚਲਦਾ ਸੀ ਤਾਂ ਉੱਥੋਂ ਦੀ ਪੰਜਾਬ ਸਰਕਾਰ ਨੂੰ ਵਹਿਮ ਸੀ ਕਿ ਖਬਣੀ ਝੋਨੇ ਦਾ ਸੀਜ਼ਨ ਆ ਗਿਆ ਜਾਂ ਕਣਕ ਦਾ ਆ ਗਿਆ ਤੇ ਇਹ ਬੈਠ ਜਾਣਗੇ ਤੇ ਇਹਨਾਂ ਤੋਂ ਲੋਟ ਨਹੀਂ ਆਉਣਾ ਕੰਮ ਹੁਣ ਵੀ ਸ਼ਾਇਦ ਕੇਂਦਰ ਦੀ ਜਿਹੜੀ ਮੋਦੀ ਹਕੂਮਤ ਹੈ ਉਹਨੂੰ ਕੋਈ ਵਹਿਮ ਹੈ ਉਹ ਸਾਡਾ ਇਤਿਹਾਸ ਛੁਟਲਾਉਣਾ ਚਾਹੁੰਦੀ ਹੈ ਪਰ ਇਤਿਹਾਸ ਜਿਹੜਾ ਖੂਨ ਨਾਲ ਲਿਖਿਆ ਗਿਆ ਹੋਵੇ ਉਹ ਝੁੱਟ ਲਾਇਆ ਨਹੀਂ ਜਾਂਦਾ ਉਹ ਵਾਰ-ਵਾਰ ਦੁਹਰਾਇਆ ਜਾਂਦਾ ਹੈ ਚਾਚਾ ਜੀਤ ਸਿੰਘ ਨੇ ਕਿੰਨੀ ਲੰਮੀ ਲੜਾਈ ਲੜ ਕੇ ਤੇ ਕੇਂਦਰ ਦੀ ਉਸ ਵੇਲੇ ਦੀ ਕੇਂਦਰ ਦੀ ਨਹੀਂ ਬਲਕੇ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਸਰਕਾਰ ਸੀ ਅੰਗਰੇਜ਼ ਹਕੂਮਤ ਜਿਹੜੀ ਕਹਿੰਦੀ ਸਾਡਾ ਸਰਾਜ ਦੇ ਵਿੱਚ ਸੂਰਜ ਨਹੀਂ ਛਿਪਦਾ ਉਹਨੂੰ ਗੋਡੇ ਦਮ ਕੀਤਾ ਸਾਡੇ ਨੌਜਵਾਨ ਆਗੂ ਸਾਡੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ